welcom students ਸਾਡਾ ਅੱਜ ਦਾ ਟੌਪਿਕ ਆ ਪ੍ਰਿੰਸੀਪਲਸ ਆਫ ਡਿਵੈਲਪਮੈਂਟ ਵਿਕਾਸ ਦੇ ਸਿਧਾਂਤ ਵਿਕਾਸ ਬਾਰੇ ਸਾਰੇ ਜਾਣਦੇ ਆ ਕਿ ਵਿਕਾਸ ਆ ਜਿਹੜਾ ਉਹ ਇੱਕ ਨਿਰੰਤਰ ਪ੍ਰਕਿਰਿਆ ਏ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਏ ਜਿਹੜੀ ਸਾਰੀ ਲਾਈਫ ਇਹ ਚਲਦੀ ਰਹਿੰਦੀ ਆ ਇਹਦੇ ਕੁਝ ਸਿਧਾਂਤ ਨੇ ਜਿਨ੍ਹਾਂ ਦੇ ਅਨਸਾਰ ਅਸੀਂ ਇਸ ਨੂੰ ਦੇਖ ਸਕਦੇ ਆ ਨੰਬਰ 1 ਤੇ ਹੈਗਾ ਕ੍ਰਮ ਵਿਕਾਸ ਦਾ ਸਿਧਾਂਤ ਪ੍ਰਿੰਸੀਪਲ ਆਫ ਸੀਕੁਐਂਟਲ ਡਵੈਲਪਮੈਂਟ ਤਾਂ ਹਰੇਕ ਜੀਵਾ ਜਿਹੜਾ ਉਹ ਕਿਸੇ ਕ੍ਰਮ ਦੇ ਵਿੱਚ ਵਧਦਾ ਏ ਉਸ ਦਾ ਵਿਕਾਸ ਹੁੰਦਾ ਏ ਹਰੇਕ ਪ੍ਰਜਾਤੀ ਚਾਹੇ ਉਹ ਪਸ਼ੂ ਹੋਵੇ ਮਨੁੱਖ ਹੋਵੇ ਇਹ ਇੱਕ ਵਿਸ਼ੇਸ਼ ਕ੍ਰਮ ਦੇ ਅਨੁਸਾਰ ਜਿਹੜਾ ਉਸ ਦਾ ਵਿਕਾਸ ਹੁੰਦਾ ਏ ਅਸੀਂ ਕਹਿ ਸਕਦੇ ਹਾਂ ਕਿ ਸਿਰ ਤੋਂ ਪੈਰਾਂ ਤੱਕ ਵਿਕਾਸ ਹੁੰਦਾ ਏ ਇਸ ਤੋਂ ਇਲਾਵਾ ਜਿਹੜਾ ਵਿਕਾਸ ਦਾ ਕ੍ਰਮ ਆ ਰੀੜ ਦੀ ਹੱਡੀ ਤੋਂ ਹੁੰਦਾ ਏ ਇਹ ਅੰਦਾਜ਼ਾ ਲਗਾਉਨੇ ਆ ਸੀ ਫਿਰ ਹੈਗਾ ਪ੍ਰਿੰਸੀਪਲ ਆਫ ਆਰਡਰਲੀ ਡਿਵੈਲਪਮੈਂਟ ਸੂ ਵਿਵਸਥਿਤ ਕ੍ਰਮ ਵਿਕਾਸ ਦਾ ਸਿਧਾਂਤ ਸੂ ਵਿਵਸਥਿਤ ਵਿਕਾਸ ਕੀ ਹੁੰਦਾ ਜਿਹੜਾ ਸਧਾਰਨ ਤੋਂ ਵਿਸ਼ੇਸ਼ ਵੱਲ ਵਧਦਾ ਏ ਬਾਲਕ ਪਹਿਲਾਂ ਸਧਾਰਨ ਤੇ ਬਾਅਦ ਚ ਵਿਸ਼ੇਸ਼ ਵਸਤੂਆਂ ਸਿੱਖਦਾ ਏ ਇਹ ਜਿਹੜਾ ਹੁੰਦਾ ਹੈ ਆਰਡਰਲੀ ਡਿਵੈਲਪਮੈਂਟ ਕਹਿੰਦੇ ਨੇ ਇਹਨੂੰ ਫਿਰ ਹੈਗਾ ਪ੍ਰਾਰੰਭਿਕ ਸਾਲਾਂ ਵਿੱਚ ਤੇਜ਼ ਵਿਕਾਸ ਦਾ ਸਿਧਾਂਤ ਰੈਪਿਡ ਡਿਵੈਲਪਮੈਂਟ ਡਿਊਰਿੰਗ अर्ਲੀ ਸਟੇਜ ਜੀਵਨ ਦੇ ਪਰਵਾਣ ਦਾ ਸਾਲ ਨੇ ਜਿਹੜੇ ਪ੍ਰਾਰੰਭਿਕ ਮੀਨਜ਼ ਜਿਹੜੇ ਸ਼ੁਰੂ ਦੇ ਬਚਪਨ ਦੇ ਸਾਲ ਨੇ ਉਹਨਾਂ ਦੇ ਵਿੱਚ ਵਿਕਾਸ ਹੈ ਜਿਹੜਾ ਉਹ ਤੇਜ਼ੀ ਨਾਲ ਹੁੰਦਾ ਹੈ ਤੇ ਬਾਕੀ ਜਿਹੜੇ ਪਿਛਲੇ ਸਾਲ ਨੇ ਉਹਨਾਂ ਦੇ ਵਿੱਚ ਵਿਕਾਸ ਹੈ ਜਿਹੜਾ ਉਹ ਨਾਰਮਲ ਤਰੀਕੇ ਨਾਲ ਹੁੰਦਾ ਹੈ ਵਿਕਾਸ ਦੇ ਵਿੱਚ ਸਰੀਰਕ ਬੌਧਿਕ ਸਮਵੇਗਾਤਮਕ ਸਮਾਜਿਕ ਸਾਰੇ ਤਰ੍ਹਾਂ ਦਾ ਵਿਕਾਸ ਸੀ ਤੇਜ਼ ਗਤੀ ਨਾਲ ਲੈ ਸਕਦੇ ਆ ਫਿਰ ਹੈਗਾ ਪ੍ਰਿੰਸੀਪਲ ਆਫ ਕੰਟੀਨਿਊਸ ਡਿਵੈਲਪਮੈਂਟ ਨਿਰੰਤਰ ਵਿਕਾਸ ਦਾ ਸਿਧਾਂਤ ਜਿਹੜਾ ਵਿਕਾਸ ਆ ਉਹ ਲਗਾਤਾਰ ਜਾਰੀ ਰਹਿੰਦਾ ਹੈ ਹੁੰਦਾ ਰਹਿੰਦਾ ਹੈ ਸਰੀਰਕ ਤੇ ਮਾਨਸਿਕ ਦੋਹਾਂ ਗੁਣਾਂ ਦਾ ਵਿਕਾਸ ਹੌਲੀ 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 ਹੁੰਦਾ ਹੁੰਦਾ ਉਦੋਂ ਤੱਕ ਜਾਰੀ ਰਹਿੰਦਾ ਜਦੋਂ ਤੱਕ ਇਹਨਾਂ ਦਾ ਵੱਧਾ ਸਿਖਰ ਤੇ ਨਾ ਪਹੁੰਚ ਸਕੇ ਫੇਰ ਹੈਗਾ ਕਨਸਰਟੈਂਸੀ ਆਫ ਇੰਡੀਵਿਜੁਅਲ ਡਿਫਰੈਂਸਿਸ ਵਿਅਕਤੀਗਤ ਭਿੰਨਤਾਵਾਂ ਦੀ ਸਥਿਰਤਾ ਦਾ ਸਿਧਾਂਤ ਵਿਕਾਸ ਵਿੱਚ ਵਿਅਕਤੀਗਤ ਭਿੰਨਤਾਵਾਂ ਸਥਿਰ ਰਹਿੰਦੀਆਂ ਨੇ ਜਿਹੜੇ ਵਿਅਕਤੀ ਜਨਮ ਸਮੇਂ ਤੋਂ ਹੀ ਗਤੀ ਨਾਲ ਵਿਕਸਿਤ ਹੁੰਦੇ ਉਹ ਧੀਮੀ ਗਤੀ ਨਾਲ ਹੀ ਵਿਕਸਿਤ ਹੋਣਾ ਜਾਰੀ ਰੱਖਦੇ ਨੇ ਜਿਹੜੇ ਤੇਜ਼ ਗਤੀ ਨਾਲ ਵਿਕਸਿਤ ਹੋਣਾ ਸ਼ੁਰੂ ਕਰ ਦਿੰਦੇ ਨੇ ਉਹ ਤੇਜ਼ ਗਤੀ ਨਾਲ ਹੀ ਵਿਕਸਿਤ ਹੁੰਦੇ ਰਹਿੰਦੇ ਨੇ ਫੇਰ ਹੈਗਾ ਪ੍ਰਿੰਸੀਪਲ ਆਫ ਡਿਫਰੈਂਟ ਰੇਟਸ ਆਫ ਡਿਵੈਲਪਮੈਂਟ ਵਿਕਾਸ ਦੀਆਂ ਪਿੰਨ-ਪਿੰਨ ਦਰਾਂ ਦਾ ਸਿਧਾਂਤ ਸਰੀਰ ਦੇ ਪਿੰਨ-ਪਿੰਨ ਅੰਗਾਂ ਲਈ ਵਿਕਾਸ ਪਿੰਨ-ਪਿੰਨ ਦਰਾਂ ਨਾਲ ਹੁੰਦਾ ਏ ਇਹ ਨਹੀਂ ਹੁੰਦਾ ਕਿ ਹਰੇਕ ਅੰਗ ਦਾ ਵਿਕਾਸ ਸੇਮ ਦਰ ਨਾਲ ਹੋਵੇ ਤਾਂ ਪਿੰਨ-ਪਿੰਨ ਅੰਗਾਂ ਦੇ ਹਿਸਾਬ ਨਾਲ ਜਿਹੜੇ ਦਰਾਂ ਨਾਲ ਹੁੰਦਾ ਏ ਸਰੀਰਕ ਤੇ ਮਾਨਸਿਕ ਗੁਣ ਨੇ ਜਿਹੜੇ ਉਹ ਪਿੰਨ-ਪਿੰਨ ਪਹਿਲੂਆਂ ਨਾਲ ਆਪਣੀਆਂ ਦਰਾਂ ਦੇ ਮੁਤਾਬਕ ਵਿਕਸਿਤ ਹੁੰਦੇ ਨੇ ਸਮੇਂ-ਸਮੇਂ ਤੇ ਜਿਹੜੀ ਉਹ ਪਰਿਪੱਕਤਾ ਹਾਸਲ ਕਰਦੇ ਨੇ ਕੁਝ ਖੇਤਰ ਨੇ ਜਿਹੜੇ ਉਹਨਾਂ ਦੇ ਵਿੱਚ ਸਰੀਰਕਵਾਦ ਦਾ ਤੇਜ਼ੀ ਨਾ ਹੁੰਦਾ ਤੇ ਕੁਝ ਵਿੱਚ ਧੀਮੀ ਗਤੀ ਨਾਲ ਹੁੰਦਾ ਏ ਫਿਰ ਹੈਗਾ ਇੰਟਰ ਰਿਲੇਟਡ ਡਿਵੈਲਪਮੈਂਟ ਅੰਤਰ ਸੰਬੰਧਿਤ ਵਿਕਾਸ ਦਾ ਸਿਧਾਂਤ ਵਿਕਾਸ ਸੰਪੂਰਨ ਰੂਪ ਤੋਂ ਹੁੰਦਾ ਹੈ ਵਾਧੇ ਦੇ ਵਿਕਾਸ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੁੰਦੀ ਆ ਕਿ ਇਹ ਸੰਪੂਰਨ ਤੌਰ ਤੇ ਜਿਹੜਾ ਇਹ ਵਿਕਸਿਤ ਹੁੰਦਾ ਤੇ ਸਰੀਰਕਵਾਦਿਕ ਸੰਵੇਗਾਤਮਕ ਸਮਾਜਿਕ ਹੋਰ ਕਈ ਤਰ੍ਹਾਂ ਦਾ ਜਿਹੜਾ ਵਿਕਾਸ ਆਪਸ ਵਿੱਚ ਅੰਤਰ ਸਬੰਧਤ ਹੁੰਦਾ ਫਿਰ ਹੈਗਾ ਪ੍ਰਿੰਸੀਪਲ ਆਫ ਪ੍ਰੀਡਿਕਟਿਬਿਲਟੀ ਭਵਿੱਖਵਾਣੀ ਦਾ ਸਿਧਾਂਤ ਤਾਂ ਵਿਕਾਸ ਨੂੰ ਦੇਖ ਕੇ ਅਸੀਂ ਭਵਿੱਖਵਾਣੀ ਕਰ ਸਕਦੇ ਹਾਂ ਕਿ ਬਾਲਕਾ ਜਿਹੜਾ ਉਹ ਕਿਸ ਤਰੀਕਾ ਨਾਲ ਵਿਕਸਿਤ ਹੋ ਕੇ ਵਧੀਆ ਅਡਲਟ ਜਿਹੜਾ ਬਣੂਗਾ ਫਿਰ ਹੈਗਾ ਇੰਟਰੈਕਸ਼ਨ ਆਫ ਹੈਰਿਡੀਟੀ ਐਂਡ এনवायरमेंट ਜਨ ਦੇ ਵਾਤਾਵਰਣ ਦੀ ਅੰਤਰ ਕਿਰਿਆ ਦਾ ਸਿਧਾਂਤ ਜਦ ਤੇ ਵਾਤਾਵਰਨ ਨੇ ਜਿਹੜੇ এনवायरमेंट ਦੇ ਹੈਰਿਡਿਟੀ ਹੈ ਜਿਹੜੀ ਮਹੱਤਵਪੂਰਨ ਰੋਲ ਅਦਾ ਕਰਦੇ ਨੇ ਵਿਕਾਸ ਦੇ ਵਿੱਚ ਫਿਰ ਹੈਗਾ ਇੰਟਰੈਕਸ਼ਨ ਆਫ ਮਚਿਉਰੇਸ਼ਨ ਐਂਡ ਲਰਨਿੰਗ ਪਰਿਪੱਕਤਾ ਤੇ ਸਿੱਖਣ ਦੀ ਅੰਤਰ ਕਿਰਿਆ ਦਾ ਸਿਧਾਂਤ ਤਾਂ ਅਸੀਂ ਕਹਾਂਗੇ ਕਿ ਬੁੱਧੀ ਦੇ ਵਿਕਾਸ ਦੋਵੇਂ ਨੇ ਜਿਹੜੇ ਉਹ ਪਰਿਪੱਕਤਾ ਤੇ ਸਿੱਖਣ ਦੇ ਫਲਸਰੂਪ ਵਰਪਰਦੇ ਨੇ ਪਰੀਪੱਕ ਦਾ ਅਰਥ ਹੁੰਦਾ ਜਨਮ ਸਮੇ ਮੌਜੂਦ ਗੁਣਾ ਸਮਰਥਾਵਾਂ ਤੇ ਵਿਸ਼ੇਸ਼ਤਾਵਾਂ ਪ੍ਰਗਟ ਹੋਣ ਤੇ ਪੂਰਨ ਵਿਕਸਿਤ ਹੋਣ ਨਾਲ ਜਿਹੜਾ ਜੀਵ ਵਿੱਚ ਪਰਿਵਰਤਨ ਆਉਂਦਾ ਉਹਨੂੰ ਅਸੀਂ ਪਰਿਪੱਕਤਾ ਕਹ ਦਿੰਨੇ ਆ ਤਾਂ అనుభవ ਨਾਲ ਜਿਹੜਾ ਇਹ ਚੀਜ਼ ਆਉਂਦੀ ਆ ਫਿਰ ਹੈਗਾ ਪ੍ਰਿੰਸੀਪਲ ਆਫ ਯੂਨਿਕ ਡਿਵੈਲਪਮੈਂਟ ਅਦੁੱਤੀ ਵਿਕਾਸ ਦਾ ਸਿਧਾਂਤ ਵਿਅਕਤੀਆਂ ਵਿੱਚ ਉਹਨਾਂ ਦੇ ਸਮਾਨ ਨਿਰਧਾਰਣ ਸੰਬੰਧੀ ਪਿੰਨਤਾ ਹੁੰਦੀ ਹੈ ਮੇਨ ਜੇ ਉਹਨਾਂ ਦੀ ਡਿਵੈਲਪਮੈਂਟ ਹੈ ਜਿਹੜੀ ਅਲੱਗ-ਅਲੱਗ ਹੁੰਦੀ ਹੈ ਤੇ ਜਿਹੜੇ ਸਾਰੇ ਬੱਚੇ ਨੇ ਉਹ ਅਲੱਗ-ਅਲੱਗ ਤਰੀਕਿਆਂ ਨਾਲ ਡਿਵੈਲਪ ਹੁੰਦੇ ਨੇ ਤਾਂ ਅਦੁੱਤੀ ਵਿਕਾਸ ਦਾ ਸਿਧਾਂਤ ਆ ਫਿਰਗਾ ਪ੍ਰਿੰਸੀਪਲ ਆਫ ਡਿਫਰੈਂਸ਼ੀਅਲ ਡਿਵੈਲਪਮੈਂਟ ਪੇਦਾ ਆਤਮਿਕ ਵਿਕਾਸ ਦਾ ਸਿਧਾਂਤ ਬਾਲਕ ਤੇ ਬਾਲਿਕਾ ਲੜਕੇ ਤੇ ਲੜਕੀਆਂ ਦੇ ਵਿੱਚ ਪੇਦਾ ਆਤਮਿਕ ਵਿਕਾਸ ਦਾ ਸਿਧਾਂਤ ਹੁੰਦਾ ਏ ਲੜਕਿਆਂ ਦੇ ਮੁਕਾਬਲੇ ਲੜਕੀਆਂ ਨੇ ਜਿਹੜੀਆਂ ਉਹ ਛੇਤੀ ਵਿਕਾਸ ਹਾਸਲ ਕਰਦੀਆਂ ਨੇ ਫਿਰ ਹੈਗਾ ਪ੍ਰਿੰਸੀਪਲ ਆਫ ਇੰਟੀਗ੍ਰੇਸ਼ਨ ਇਕੀ ਕਰਨ ਦਾ ਸਿਧਾਂਤ ਇਕੀ ਕਰਨ ਦੇ ਸਿਧਾਂਤ ਚ ਅਸੀਂ ਕਹਾਂਗੇ ਕਿ ਇਸ ਅਰਥਾ ਕਿ ਸਧਾਰਨ ਤੋਂ ਵਿਸ਼ੇਸ਼ ਤੇ ਵਿਸ਼ੇਸ਼ ਤੋਂ ਸਧਾਰਨ ਦੋਨੋਂ ਪਾਸੇ ਵੱਲ ਵਿਕਾਸ ਆ ਜਿਹੜਾ ਉਹ ਹੁੰਦਾ ਏ ਕਈ ਵਾਰੀ ਵਿਸ਼ੇਸ਼ਤ ਕਿਰਿਆਵਾਂ ਰੁਝੀਆਂ ਹੁਣ ਕਰਕੇ ਜਿਹੜਾ ਵਿਦਿਆ ਬਾਲਕਾ ਉਹ ਉਸ ਦਾ ਅਸੀਂ ਕਹੀਏ ਕਿ ਮੈਂਟਲੀ ਜਦੋਂ ਉਹਦੀ ਪਰਿਪੱਕਤਾ ਆਉਣੀ ਸ਼ੁਰੂ ਹੋ ਜਾਂਦੀ ਹੈ ਕਈ ਵਾਰੀ ਸਰੀਰਕ ਗਰੋਥ ਆ ਜਿਹੜੀ ਉਹ ਘਟ ਜਾਂਦੀ ਹੈ ਇਸ ਤਰ੍ਹਾਂ ਨਾਲ ਇੰਟੀਗ੍ਰੇਸ਼ਨ ਹੁੰਦਾ ਰਹਿੰਦਾ ਇੱਕ ਪਾਸੇ ਕਟ ਗਿਆ ਜਾਂ ਇੱਕ ਪਾਸੇ ਵੱਧ ਗਿਆ ਫਿਰ ਹੈਗਾ ਪ੍ਰਿੰਸੀਪਲ ਆਫ ਸਟਰਗਲ ਸੰਘਰਸ਼ ਦਾ ਸਿਧਾਂਤ ਕਿਉਂਕਿ ਇੰਟਰਨਲ ਮਨ ਦੇ ਵਿੱਚ ਜਿਹੜੇ ਅਵੇਗ ਨੇ ਵਿਰੋਧੀ ਅਵੇਗ ਉਹ ਉੱਠਦੇ ਰਹਿੰਦੇ ਨੇ ਤੇ ਮਨ ਦੇ ਅਵੇਗਾਂ ਦੇ ਵਿੱਚ ਸੰਘਰਸ਼ ਚੱਲਦਾ ਰਹਿੰਦਾ ਇਸ ਲਈ ਇਸ ਨੂੰ ਸੰਘਰਸ਼ ਦਾ ਸਿਧਾਂਤ ਕਹਿੰਦੇ ਨੇ ਤਾਂ ਮਾਨਸਿਕ ਤੌਰ ਤੇ ਪਰਿਪੱਕਤਾ ਉਦੋਂ ਆਉਂਦੀ ਹੈ ਜਦੋਂ ਅਸੀਂ ਐਕਸਪੀਰੀਅੰਸ ਨਾਲ ਜਿਹੜੇ বিরোਧੀ আবেগ ਨੇ ਉਹਨਾਂ ਨੂੰ ਦਬਾ ਕੇ ਅਸੀਂ ਪਰਿਪੱਕ ਹੋ ਜਾਂਦੇ ਹਾਂ ਫਿਰ ਹੈਗਾ ਪ੍ਰਿੰਸੀਪਲ ਆਫ ਐਂਟੀਸਿਪੇਸ਼ਨ ਪੂਰਵ ਅਨੁਮਾਨ ਪੂਰਵ ਅਨੁਮਾਨ ਦਾ ਸਿਧਾਂਤ ਹੈ ਜਿਹੜਾ ਉਹ ਕਹਿੰਦਾ ਕਿ ਜਿਹੜੇ ਵਿਦਿਆ ਬਾਲਕ ਨੇ ਜਾਂ ਬੱਚੇ ਨੇ ਉਹ ਆਪਣੇ ਵਿਕਾਸ ਦਾ ਅਨੁਮਾਨ ਆਪ ਲਗਾ ਸਕਦੇ ਨੇ ਕਿ ਉਹ ਵੱਡੇ ਹੋ ਕੇ ਕੀ ਬਣਨਗੇ ਜਾਂ ਉਹਨਾਂ ਦੀ ਰੁਚੀ ਅਨੁਸਾਰ ਉਹਨਾਂ ਦੇ ਵਿਕਾਸ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ ਫਿਰ ਹੈਗਾ ਪ੍ਰਿੰਸੀਪਲ ਆਫ ਇੰਡੀਜਿਨियस ਮੋਟੀਵੇਸ਼ਨ ਸੁਭਾਵਿਕ ਆ ਵੀ ਪ੍ਰੇਰਣਾ ਦਾ ਸਿਧਾਂਤ ਜਿਹੜੀ ਸੋਚਣ ਦੀ ਮਹਿਸੂਸ ਕਰਨ ਦੀ ਸਮਰੱਥਾ ਹੈ ਜਿਹੜੀ ਅੰਦਰੋਂ ਵਿਕਸਿਤ ਹੁੰਦੀ ਆ ਬੱਚੇ ਦੇ ਤਾਂ ਉਹ ਜਿਹੜੀ ਆ ਉਸ ਨੂੰ ਪ੍ਰੇਰਿਤ ਕਰਦੀ ਆ ਫਿਰ ਹੈਗਾ ਸਪਰਲ ਤੇ ਰੇਖੀ ਪ੍ਰਗਤੀ ਦਾ ਸਿਧਾਂਤ ਤਾਂ ਇਹ ਸੀਗੇ ਸਿਧਾਂਤ ਤੁਹਾਡੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੱਗੇ ਫਿਰ ਨੈਕਸਟ ਟੌਪਿਕ ਨਾਲ ਮਿਲਾਂਗੇ ਓਕੇ ਥੈਂਕਸ